ਜਿਨ੍ਹਾਂ ਨੇ ਕੀ ਹਾਲ ਚਾਲ ਹੈ ਤਮਾਮ ਦੋਸਤਾਂ, ਮੈਂ ਤੁਹਾਡਾ ਸੱਜਣ ਅਤੇ ਮਿੱਤਰ ਅਰਬਾਜ਼ ਸਾਦਿਕ ਅਤੇ ਮੌਜੂਦ ਹਾਂ। ਤੁਹਾਨੂੰ ਪਤਾ ਹੈ ਸੈਕਿੰਡ ਪਾਰਟ ਬਣਾ ਰਹੇ ਹਾਂ ਉਸਤਾਦ ਉਸਮਾਨ ਬਾਟ ਸਾਹਿਬ ਕੋ, ਸਾਡੇ ਮੁਹਤਰਮ ਉਸਤਾਦ ਨੇ। ਔਰ ਹਮੇਸ਼ਾ ਹੀ ਮੈਂ ਆਪਣੀ ਵੀਡੀਓਜ਼ ਦੇ ਵਿੱਚ ਇੰਟਰੋਡਕਸ਼ਨ 'ਚ ਇਹ ਜ਼ਰੂਰ ਦੱਸਣਾ, ਇਲਮ ਨੂੰ ਫੈਲਾਉਣ ਵਾਲੇ ਔਰ ਕਬੂਤਰਬਾਜ਼ੀ ਨੂੰ ਆਸਾਨ ਕਰਨ ਵਾਲਿਆਂ ਦੇ ਵਿੱਚ ਬਾਟ ਸਾਹਿਬ ਦਾ ਸ਼ੁਮਾਰ ਹੁੰਦਾ। ਔਰ ਬਾਟ ਸਾਹਿਬ ਮਾਸ਼ਾਅੱਲਾ ਜੋ ਜਿਤਨਾ ਵੀ ਇਹਨਾਂ ਨੂੰ ਨੌਲੇਜ ਹੈਗਾ ਉਸ ਹਿਸਾਬ ਨਾਲ ਹਮੇਸ਼ਾ ਹੀ ਅੱਛਾ ਗਾਈਡ ਕਰਦੇ ਨੇ, ਭਰਾਵਾਂ ਨੂੰ ਦੋਸਤਾਂ ਨੂੰ ਸਿਖਾਉਂਦੇ ਨੇ। ਔਰ ਅਕਸਰ ਹੁੰਦਾ ਨਾ, ਮੈਂ ਵੀ ਬਸ ਟਾਈਮ ਹੁੰਦਾ ਕਿ ਯਾਰ ਕੋਲਾਂ ਹੀ ਆਈ ਜਾ ਰਹੀਆਂ ਅਤੇ ਮੈਂ ਬਾਜ਼ੇ ਹੋ ਜਾਂਦਾ ਅਤੇ ਮੈਂ ਬਸ ਟਾਈਮ ਕੋਲਾਂ ਵੀ ਨਹੀਂ ਚੁੱਕਦਾ ਅਤੇ ਜਵਾਬ ਵੀ ਨਹੀਂ ਦਿੰਦਾ। ਅਤੇ ਬਾਟ ਸਾਹਿਬ ਦੇ ਹਾਂ ਇੱਥੇ ਇਹ ਮਸਲਾ ਨਹੀਂ ਹੈਗਾ, ਬਾਟ ਸਾਹਿਬ ਹਰ ਕਿਸੇ ਨੂੰ ਗਾਈਡ ਕਰਦੇ ਨੇ, ਹਰ ਕਿਸੇ ਨੂੰ ਜਵਾਬ ਦਿੰਦੇ ਨੇ ਔਰ ਕਿਸੇ ਨੂੰ ਮਿਸਗਾਈਡ ਨਹੀਂ ਕਰਦੇ। ਵੱਡੀ ਗੱਲ ਹੈ, ਮਿਸਗਾਈਡ ਤਾਂ ਮੈਂ ਵੀ ਨਹੀਂ ਕਰਦਾ, ਲੇਕਿਨ ਮੈਂ ਜਦੋਂ ਤੰਗ ਆਇਆ ਵਾ ਨਾ ਮੈਂ ਫਿਰ ਜਵਾਬ ਨਹੀਂ ਦਿੰਦਾ। ਅਤੇ ਬਾਟ ਸਾਹਿਬ ਦੇ ਕੋਲ ਇਹ ਫਨ ਹੈਗਾ ਕਿ ਬਾਟ ਸਾਹਿਬ ਹਮੇਸ਼ਾ ਹੀ ਲੋਕਾਂ ਨੂੰ ਅੱਛਾ ਗਾਈਡ ਕਰਦੇ ਨੇ। ਜਿਹੜੇ ਭਰਾ ਸੱਜਣ ਦੋਸਤ ਸ਼ੌਕ ਲਈ ਜਾਂ ਸ਼ੌਕ ਦੇ ਮੁਤਲਕ ਕੋਈ ਗੱਲ ਕਰਦੇ ਨੇ ਅਤੇ ਬਾਟ ਸਾਹਿਬ ਹਮੇਸ਼ਾ ਗਾਈਡ ਕਰਦੇ ਨੇ। ਅਤੇ ਸਾਡਾ ਇਹ ਟੋਪਿਕ ਹੈਗਾ ਅੱਜ ਦਾ, ਸੈਕਿੰਡ ਪਾਰਟ ਕਰ ਰਹੇ ਹਾਂ, ਇਹਦੇ ਵਿੱਚ ਅਸੀਂ ਪੁੱਛਾਂਗੇ ਬਾਟ ਸਾਹਿਬ ਨੂੰ ਫਿਰ ਤਾਂ ਅਸੂਲੀ ਜ਼ਿਆਦਾ ਤੋਂ ਜ਼ਿਆਦਾ ਔਰ ਕਮ ਅਜ਼ ਕਮ ਕਿੰਨੀਆਂ ਹੋਣੀਆਂ ਚਾਹੀਦੀਆਂ, ਔਰ ਫਿਰ ਤਾਂ ਉਹਦਾ ਸਟਾਈਲ ਕੀ ਹੋਣਾ ਚਾਹੀਦਾ, ਕਿਸ ਸਟਾਈਲ ਨਾਲ ਫਿਰਤਾ ਲੈਣੀਆਂ ਚਾਹੀਦੀਆਂ ਨੇ, ਕਿਉਂਕਿ ਅਕਸਰ ਲੋਕਾਂ ਦੇ ਕਬੂਤਰ ਕੱਚੇ ਰਹਿ ਜਾਂਦੇ ਨੇ, ਫਿਰ ਕਬੂਤਰਾਂ ਦੇ ਰੇਸ਼ਾ ਰਹਿ ਜਾਂਦਾ, ਕਬੂਤਰ ਪੂਰੀ ਬਣਾਵਟ 'ਚ ਨਹੀਂ ਆ ਪਾਉਂਦਾ। ਅਸੂ ਦੇ ਵਿੱਚ ਸਪੈਸ਼ਲੀ ਇਹ ਹੁੰਦਾ ਕਿਉਂਕਿ ਗਰਮੀ ਨਹੀਂ ਹੁੰਦੀ, ਨਮੀ ਹੁੰਦੀ, ਕਬੂਤਰ ਬਣਾਵਟ ਵਾਲੇ ਪਾਸੇ ਆ ਹੀ ਨਹੀਂ ਰਿਹਾ ਹੁੰਦਾ ਉਸ ਤਰ੍ਹਾਂ, ਉਹ ਸਾਡੇ 'ਚ ਵੀ ਕਮੀ ਖਤਾਈ ਹੁੰਦੀ ਕਿਉਂਕਿ ਅਸੀਂ ਸਹੀ ਫੜਕਾ ਨਹੀਂ ਰਹੇ ਹੁੰਦੇ ਜਾਂ ਫੜਕਾਉਣ ਦਾ ਤਰੀਕਾਕਾਰ ਸਾਨੂੰ ਸਮਝ 'ਚ ਨਹੀਂ ਆ ਰਿਹਾ ਹੁੰਦਾ। ਅਤੇ ਇਸ ਟੋਪਿਕ ਦੇ ਉੱਤੇ ਅਸੀਂ ਬਾਟ ਸਾਹਿਬ ਨਾਲ ਅੱਜ ਗੱਲ ਕਰਾਂਗੇ। ਚਲੀਏ ਬਾਟ ਸਾਹਿਬ ਵੱਲ ਤੱਕ ਗੁਫ਼ਤਗੂ ਅਰਦਾਸ ਕਰੀ ਉਸਤਾਦ ਮੁਹਤਰਮ ਉਸਤਾਦ ਉਸਮਾਨ ਬਾਟ ਸਾਹਿਬ ਜੀ। ਅਸਲਾਮ ਵਾਲੇਕੁਮ ਉਸਤਾਦ ਜੀ। ਜੀ ਵਾਲੇਕੁਮ ਅਸਲਾਮ ਵਰਹਿਮਤੁਲਾਹ ਵਬਰਕਾਤੁਹ ਜੀ। ਅਰਬਾਜ਼ ਭਾਈ ਕੀ ਹਾਲ ਹੈ ਤੁਹਾਡਾ, ਠੀਕ ਹੋ? ਸ਼ੁਕਰ ਅੱਲਾਹ, ਤੁਸੀਂ ਸੁਣਾਓ। ਪਹਿਲੇ ਤਾਂ ਮੇਰਾ ਹਮੇਸ਼ਾ ਵਾਂਗਰ ਪੈਗਾਮ ਹੈ ਕਿ ਜਿੰਨੇ ਮੇਰੇ ਦੋਸਤ ਨੇ, ਭਾਈ ਨੇ, ਜਿਨ੍ਹਾਂ ਨੂੰ ਮੇਰੇ ਟੋਟਕਿਆਂ ਨਾਲ ਫਾਇਦਾ ਹੁੰਦਾ, ਜਿਨ੍ਹਾਂ ਨੂੰ ਮੇਰੇ ਦਾਣੇ ਪਾਣੀ ਨਾਲ ਫਾਇਦਾ ਹੁੰਦਾ, ਜਿਨ੍ਹਾਂ ਨੂੰ ਮੇਰੀ ਗੱਲਾਂ ਅੱਛੀਆਂ ਲੱਗਦੀਆਂ, ਉਹ ਆਪਣੇ ਮਾਂ ਬਾਪ ਦੀ ਇੱਜ਼ਤ ਕਰਿਆ ਕਰਨ, ਸਾਰੇ ਕਰਿਆ ਕਰਨ, ਉਹ ਵੀ ਕਰਿਆ ਕਰਨ, ਮੇਰੇ ਦੂਜੇ ਜਿਹੜੇ ਭਰਾ ਨੇ ਉਹ ਵੀ ਕਰਿਆ ਕਰਨ, ਉਹਨਾਂ ਦੀ ਖਿਦਮਤ ਕਰਨ। ਆਖਰਤ ਅਤੇ ਦੁਨੀਆ ਦੀ ਕਾਮਯਾਬੀ ਦੀ ਕੁੰਜੀ ਚਾਬੀ ਜਿਹੜੀ ਹੈ ਨਾ, ਉਹ ਮਾਂ ਬਾਪ ਦੀ ਰਿਸਪੈਕਟ, ਮੁਹੱਬਤ ਹੈ ਅਤੇ ਉਹਨਾਂ ਦੀ ਦੁਆਵਾਂ ਨੇ, ਇਹ ਲਾਜ਼ਮਨ ਜੂਜ਼ ਹੈਗਾ। ਉਹਦੇ ਬਾਅਦ ਮੈਂ ਸਭ ਨੂੰ ਇੱਕ ਰਿਕੁਐਸਟ ਕਰਨਾ ਚਾਹੁੰਦਾ ਕਿ ਦੇਖੋ ਜਿਸ ਜਗ੍ਹਾ ਦੇ ਉੱਤੇ ਮੈਨੂੰ ਬੜਾ ਦੁੱਖ ਹੁੰਦਾ, ਕਈ ਵਾਰੀ ਨਾ ਅਰਬਾਜ਼ ਬਾਈ ਲੋਕ ਪਤਾ ਹੀ ਕਰਦੇ ਨੇ, ਇਹ ਤੁਸੀਂ ਸਾਨੂੰ ਕਿਉਂ ਨਹੀਂ ਦੱਸ ਰਹੇ ਜੀ। ਹਾਂ ਯਾਰ, ਮੈਂ ਉਹਨਾਂ ਨੂੰ ਮੇਰੇ ਦਿਲ 'ਚ ਉਸ ਲਿਆ ਆਉਂਦਾ ਕਿ ਯਾਰ ਮੈਂ ਇਹਨਾਂ ਦਾ ਮੁਲਾਜ਼ਮ ਹੈ, ਇਹਨਾਂ ਨੇ ਮੈਨੂੰ ਖਰੀਦਿਆ ਰੱਖਿਆ ਕਿ ਮੈਂ ਹੁਣ ਆਪਣੇ ਕਾਰੋਬਾਰ 'ਤੇ ਹੀ ਬਿਜ਼ੀ ਹੈਗਾ ਅਤੇ ਮੈਂ ਜਵਾਬ ਨਹੀਂ ਦੇ ਸਕਿਆ। ਅੱਜ ਮੈਂ ਤੁਹਾਨੂੰ ਦੱਸਦਾ, ਇੱਕ ਬਾਈ ਹੁੰਦੇ ਨੇ ਸਾਊਦੀ ਅਰਬ, ਉਹਨਾਂ ਨੇ ਮੈਨੂੰ ਨਾ 2 ਦਿਨ ਪਹਿਲੇ ਮੈਸੇਜ ਕੀਤਾ ਸੀ, ਮੈਨੂੰ ਟਾਈਮ ਨਹੀਂ ਲੱਗ ਰਿਹਾ ਸੀ ਟਾਈਮ, ਔਰ ਉਹ ਤਾਂ ਇੰਨਾ ਮੈਸੇਜ ਆਉਂਦਾ, ਉਹ ਮੈਸੇਜ ਬਹੁਤ ਥੱਲੇ ਚਲੇ ਗਏ ਸੀ, ਅਤੇ ਅੱਜ ਮੈਂ ਮੈਸੇਜ ਆਪਣੇ ਨਾ ਇਨਬੋਕਸ ਦੇ ਅਨਰੀਡ ਮੈਸੇਜ ਖੋਲ੍ਹੇ ਨਾ ਅਤੇ ਉਹਨਾਂ ਦਾ ਮੈਸੇਜ ਆਇਆ, ਅਤੇ ਮੈਨੂੰ ਉਹਨਾਂ ਨੇ ਮੈਸੇਜ ਕੀਤਾ ਸੀ ਕਿ ਉਸਤਾਦ ਮੈਨੇ ਤੁਮਸੇ ਪੁੱਛਾ, ਤੁਮਨੇ ਮੁਝੇ ਉਸਕਾ ਜਵਾਬ ਨਹੀਂ ਦਿਆ। ਯਾਰ ਦੇਖੋ ਇਹ ਗੱਲ ਕਰਨੀ ਅਤੇ ਅਗਲਾ ਜਿਹੜਾ ਉਹ ਬੰਦਾ ਕਿੰਨਾ ਹਰਟ ਹੁੰਦਾ ਕਿ ਯਾਰ ਮੈਂ ਇਹਦੇ ਜਵਾਬ ਦਾ ਕੀ ਮਤਲਬ ਹੈ, ਕੋਈ ਮੇਰੇ ਉੱਤੇ ਲਾਜ਼ਮ ਇਹਦਾ ਜਵਾਬ ਦੇਣਾ, ਅਤੇ ਉਹਨੇ ਇਹ ਚੀਜ਼ ਪੁੱਛੀ ਸੀ ਕਿ ਹੁਣ ਮੈਂ ਕਬੂਤਰ ਕੱਢਣੇ ਅਤੇ ਕਿਵੇਂ ਕੱਢਣੇ ਨੇ। ਦੇਖੋ ਨਾ ਹੁਣ ਅਸੀਂ ਸਾਰੀ ਵੀਡੀਓ ਹੀ ਦੱਸਿਆ, ਸਾਰੇ ਦੋਸਤ ਦੇਖ ਲੈਣ, ਆਰਾਮ ਨਾਲ ਤਸੱਲੀ ਨਾਲ ਦੇਖ ਲੈਣ, ਉਹੀ ਚੀਜ਼ਾਂ ਜਿਹੜੀਆਂ ਦੱਸੀਆਂ ਨਾਲ ਉਹ ਇੱਕ ਗੱਲ ਜ਼ਰੂਰ ਕਹਿਣਗੇ, ਹਮਨੇ ਆਪਕੀ ਸਾਰੀ ਵੀਡੀਓਜ਼ ਦੇਖੀ ਹੋਈਆਂ,
ਜਿੰਨੇ ਜੋ ਸਾਰੀ ਵੀਡੀਓਜ਼ ਦੇਖੀਆਂ ਸੀ ਕੋਈ ਟੋਪਿਕ ਛੱਡਿਆ ਹੀ ਨਹੀਂ ਹੋਇਆ ਕਿ ਜਿਹੜਾ ਲੋਕਾਂ ਨੂੰ ਕਬੂਤਰਬਾਜ਼ੀ ਦੇ ਵਿੱਚ ਰਹਿ ਗਈ ਹੋਈ ਵੀਕ ਪੁਆਇੰਟ ਕਿ ਅਸੀਂ ਦੱਸਿਆ ਕਬੂਤਰ ਜਦੋਂ ਕੱਢਣਾ ਕਿਵੇਂ ਕੱਢਣਾ ਜਿਸ ਤਰ੍ਹਾਂ ਅੱਜ ਵੀ ਦੱਸਿਆ ਪਹਿਲੇ ਵੀ ਦੱਸਿਆ ਲੇਕਿਨ ਉਹ ਇਹੀ ਕੁਐਸਚਨ ਸੀ ਕਬੂਤਰ ਆਪ ਨਿਕਾਲਨੇ ਆ ਬਾਹਰ ਸੋ ਕੈਸੇ ਨਿਕਾਲਨੇ ਆ ਤੋ ਫਿਰ ਮੈਂ ਉਹਨੂੰ ਸਾਰਾ ਗਾਈਡ ਕੀਤਾ ਮੈਂ ਕਿਹਾ ਯਾਰ ਦੇਖੋ ਜਦੋਂ ਅੱਲਾ ਦਾ ਆਉਂਦਾ ਨਾ ਜੇਨੇ 'ਚ ਅੱਲਾ ਪਾਕ ਦੀ ਕਿਸਮ ਮੈਨੂੰ ਬੜਾ ਗੁੱਸਾ ਚੜ੍ਹਦਾ ਕਿ ਯਾਰ ਇਸ ਤਰ੍ਹਾਂ ਗੱਲ ਕਰਨਗੇ ਜਿਸ ਤਰ੍ਹਾਂ ਅਸੀਂ ਉਹਨਾਂ ਦੇ ਮੁਲਾਜ਼ਮ ਹਾਂ ਮੈਂ ਗੁੱਸਾ ਬੜਾਏਗਾ ਲੇਕਿਨ ਮੈਂ ਅੱਲਾ ਦੇ ਬਾਰੇ ਜਦੋਂ ਸੋਚਦਾ ਨਾ ਕਿ ਯਾਰ ਅੱਲਾ ਨੂੰ ਬੁਰਾ ਨਾ ਲੱਗ ਜਾਏ ਫਿਰ ਮੈਂ ਨਾ ਅੰਦਰੋਂ ਆਪਣਾ ਗੁੱਸਾ ਘੁੱਟ ਲੈਣਾ ਅਤੇ ਫਿਰ ਮੈਂ ਦੱਸ ਦਿੰਦਾ ਬੜੀ ਦਫ਼ਾ ਇੰਜ ਹੋਇਆ ਕਿ ਮੈਨੂੰ ਬੜਾ ਗੁੱਸਾ ਚੜ੍ਹਦਾ ਕਈ ਲੋਕਾਂ 'ਤੇ ਕਿ ਯਾਰ ਅੱਜ ਇੱਕ ਦੋਸਤ ਬਾਈ ਸੀ ਉਹ ਮੈਨੂੰ ਮੈਸੇਜ ਕਰ ਰਿਹਾ ਸੀ ਉਹਨੇ ਮੇਰੇ ਕੋਲ ਕੁਛ ਪੁੱਛਿਆ ਮੈਂ ਉਹਨੂੰ ਦੱਸਿਆ ਅਤੇ ਮੈਨੂੰ ਉਹ ਕਹਿੰਦਾ ਮੇਰੇ ਨਾ ਕਬੂਤਰ ਹਾਜ਼ਮਾ ਵੀ ਨਹੀਂ ਸਹੀ ਅਤੇ ਮੈਂ ਉਹਨੂੰ ਕਿਹਾ ਅਜਵੈਨ ਦਾ ਅਤੇ ਸੌਂਫ ਦਾ ਅਰਕ ਲਾਇਆ ਹੁਣ ਉਹਦਾ ਕੰਮ ਲੈ ਆਏ ਅਤੇ ਮੈਨੂੰ ਪੁੱਛਿਆ ਜੀ ਉਸਤਾਦ ਜੀ ਮੈਂ ਲੈ ਆਇਆ ਹੁਣ ਆ ਕਿਵੇਂ ਦੇਣਾ ਉਹਨੂੰ ਕਹਿੰਦਾ ਇਹ ਵੀ ਦੱਸੋ ਫਟਾਫਟ ਕਿ ਕਿਵੇਂ ਦੇਣਾ ਮੈਂ ਕਿਹਾ ਉਸਤਾਦ ਜੀ ਤੁਸੀਂ ਕਹਿੰਦੇ ਹੋ ਤੁਸੀਂ ਇੱਕ ਮਿੰਟ 'ਚ ਉਸਤਾਦ ਬਣ ਜਾਓ ਸਭ ਕੁਝ ਤੁਹਾਡੇ ਕੋਲ ਮੈਂ ਭਿਉਂ ਕੇ ਪਿਆ ਦਾਂ ਤੁਸੀਂ ਲੈ ਕੇ ਕੁਛ ਵੀ ਨਾ ਹੋ ਇਹ ਸਿੱਖਣ ਵਾਸਤੇ ਔਰ ਕਈ ਦਫ਼ਾ ਮਗਰਿਬ ਦਾ ਟਾਈਮ ਜੇ ਕਈ ਦਫ਼ਾ ਇੰਝ ਹੋਇਆ ਜੇ ਸਾਡੇ ਕੋਲ ਸਾਰਾ ਦਾਣਾ ਪਾਣੀ ਪੁੱਛ ਕੇ ਬਾਅਦ ਪਤਾ ਲੱਗਦਾ ਉਸਤਾਦ ਬਣਿਆ ਕਿਸੇ ਹੋਰ ਦੀ ਛੱਤ ਉਡਾ ਰਿਹਾ ਦੇਖੋ ਨਾ ਦਿਲ ਅਜ਼ਾਰੀ ਹੁੰਦੀ ਹੈ ਨਾ ਇਸ ਚੀਜ਼ਾਂ ਦੀ ਅਤੇ ਫਿਰ ਲੋਕ ਕਹਿੰਦੇ ਨੇ ਕਿ ਉਸਤਾਦ ਦੱਸਦੇ ਨਹੀਂ ਸਾਜੀ ਕਈ ਦਫ਼ਾ ਐਸਾ ਹੁੰਦਾ ਸਭ ਕੁਛ ਵੀਡੀਓ 'ਤੇ ਦੱਸਿਆ ਹੁੰਦਾ ਹਾਂਜੀ ਉਹ ਫਿਰ ਫੋਨ ਫਿਰ ਫੋਨ ਕਰਦੇ ਨੇ ਮੈਸੇਜ ਕਰਦੇ ਨੇ ਉਹ ਪਹਿਲੀ ਗੱਲ ਵੱਲ ਅਲੱਗ ਹੀ ਕਰਨਗੇ ਅਰਬਾਸ ਬਾਈ ਹਮ ਆਪਕੀ ਸਾਰੀ ਵੀਡੀਓਜ਼ ਦੇਖਦੇ ਹਾਂ ਲੇਕਿਨ ਇਹ ਚੀਜ਼ ਬਤਾ ਹਾਂਜੀ ਦੇਖੋ ਨਾ ਸਾਰੀ ਅਗਰ ਆਪ ਮੇਰੀ ਵੀਡੀਓਜ਼ ਦੇਖਤੇ ਹੈ ਤੋ ਆਪਕੋ ਜੋ ਬਤਾਈ ਹੋਈ ਚੀਜ਼ ਆ ਵੋ ਹੀ ਪਤਾ ਨਹੀਂ ਹੁੰਦੀ ਹਾਂ ਯੇ ਆਪਕੀ ਮਿਹਰਬਾਨੀ ਆਪ ਵੀਡੀਓਜ਼ ਕੋ ਗੌਰ ਸੇ ਦੇਖ ਲਿਆ ਕਰੇ ਔਰ ਬਾਤ ਕਰਨ ਦੇਖੋ ਇੱਕ ਗੱਲ ਨੂੰ ਅੱਛੇ ਤਰੀਕੇ ਨਾਲ ਕਰੋਗੇ ਅਤੇ ਉਹ ਅੱਛੀ ਲੱਗੇਗੀ ਉਸੀ ਦੂਸਰੇ ਅੰਦਾਜ਼ ਅਲਫਾਜ਼ ਬਦਲ ਕੇ ਕਰੋਗੇ ਗੱਲ ਪੂਰੀ ਲੱਗਣ ਅੱਛਾ ਮੈਨੂੰ ਇੱਕ ਹੋਰ ਬੜਾ ਨਾ ਇੱਕ ਚੀਜ਼ 'ਤੇ ਨਾ ਸਮਝ ਲਓ ਕਿ ਮੈਂ ਅਫਸੁਰਦਾ ਵੀ ਹੁੰਦਾ ਇਸ ਚੀਜ਼ 'ਤੇ ਇੱਕ ਉਸਤਾਦ ਮੈਂ ਦੇਖੋ ਸਵਾਲ ਪੁੱਛਿਆ ਉਹਨੇ ਮੈਨੂੰ ਕਿਹਾ ਕਿ ਯਾਰ ਅਰਬਾਜ਼ ਬਾਈ ਮੈਂ ਮੀਡੀਆ 'ਤੇ ਨਹੀਂ ਦੱਸ ਸਕਦਾ ਤੁਹਾਨੂੰ ਦੱਸਦਾ ਇਹਦਾ ਕੀ ਮਤਲਬ ਹੈ ਕਿ ਉਹ ਨਹੀਂ ਦੱਸੇ ਨਹੀਂ ਦੱਸਣਾ ਚਾਹੁੰਦੇ ਅਗਰ ਉਹ ਮੈਨੂੰ ਦੱਸ ਵੀ ਦਿੰਦੇ ਲੋਕੀ ਮੈਨੂੰ ਫੋਨ ਕਰਕੇ ਕਹਿਣਗੇ ਯਾਰ ਉਹਨਾਂ ਨੇ ਫਿਰ ਆਪਕੋ ਕਿਉਂ ਕਿਆ ਬਤਾਇਆ ਕਦੀ ਉਹਨਾਂ ਨੇ ਦੱਸਣਾ ਹੋਏਗਾ ਤੇ ਉਹ ਵੀਡੀਓ 'ਤੇ ਹੀ ਦੱਸ ਦੇਣਗੇ ਤੇ ਦੇਖੋ ਮੈਂ ਇੱਕ ਗੱਲ ਕਹਿੰਦਾ ਸ਼ਾਇਦ ਕਿਸੇ ਦੀ ਦਿਲ ਅਜ਼ਾਰੀ ਹੋ ਜਾਏ ਮਾਜ਼ਰਤ ਅਗਰ ਕਿਸੇ ਦੀ ਦਿਲ ਅਜ਼ਾਰੀ ਹੋਏ ਅਗਰ ਤੁਸੀਂ ਦੱਸਣਾ ਨਹੀਂ ਤੇ ਫਿਰ ਤੁਸੀਂ ਬਹਿ ਕੇ ਕਰਨ ਕੀ ਆਉਂਦੇ ਹੋ ਲੋਕਾਂ ਦਾ ਟਾਈਮ ਵੇਸਟ ਕਰਨ ਆਉਂਦੇ ਨਹੀਂ ਬਾਸ ਟਾਈਮ ਐਸਾ ਵੀ ਸਵਾਲ ਹੋ ਜਾਂਦਾ ਕਿ ਬਾਟ ਸਾਹਿਬ ਨਹੀਂ ਦੱਸਣ ਵਾਲਾ ਹੁੰਦਾ ਸੋਨਿਆ ਜੋ ਪਤਾ ਹੋਣਾ ਬੰਦੇ ਨੂੰ ਦੱਸਣਾ ਚਾਹੀਦਾ ਯਾਰ ਮੈਂ ਕਹਿੰਦਾ ਇਲਮ ਫੈਲਾਉਣ ਨਾਲ ਘਟਦਾ ਨਹੀਂ ਬਾਟ ਸਾਹਿਬ ਇਹ ਤੁਹਾਡਾ ਮੰਨਣਾ ਨਾ ਹਰ ਇੱਕ ਦਾ ਮੰਨ ਤਾਂ ਫਿਰ ਕੀ ਕਰਨ ਆਏ ਨੇ ਅਸੀਂ ਮੈਂ ਤਾਂ ਬਹਿ ਕੇ ਲੋਕਾਂ ਦਾ ਟਾਈਮ ਵੇਸਟ ਕਰਨ ਆਇਆ ਉਹ ਜਿਹੜੇ ਵਿਚਾਰੇ ਇੰਨਾ ਟਾਈਮ ਵੇਸਟ ਕਰ ਰਹੇ ਨੇ ਆਪਣੀ ਦੇਖੋ ਟਾਈਮ ਇਜ਼ ਮਨੀ ਟਾਈਮ ਤੋਂ ਜ਼ਿਆਦਾ ਕੀਮਤੀ ਕੋਈ ਚੀਜ਼ ਨਹੀਂ ਪੂਰੀ ਜ਼ਿੰਦਗੀ ਪੈਸਾ ਇਕੱਠਾ ਕਰੋ ਜਦੋਂ ਤੁਹਾਡਾ ਟਾਈਮ ਆ ਜਾਏ ਨਾ ਤਾਂ ਫਰਿਸ਼ਤੇ ਨੂੰ ਕਹੋ ਯਾਰ ਮੇਰੀ ਸਾਰੀ ਜ਼ਿੰਦਗੀ ਜਿਹੜੀ ਮੈਂ ਕਮਾਈ ਹੈ ਮਿਹਨਤ ਕੀਤੀ ਉਹ ਤੂੰ ਲੈ ਲੈ ਮੈਨੂੰ ਇੱਕ ਮਿੰਟ ਦੇ ਦੇ ਤੁਹਾਨੂੰ ਮਿਲ ਸਕਦਾ ਇੱਕ ਮਿੰਟ ਨਹੀਂ ਬਾਕੀ ਦੁਨੀਆ ਦੀ ਹਰ ਚੀਜ਼ ਖਰੀਦੀ ਜਾ ਸਕਦੀ ਸਹੀ ਕਹਿ ਰਹੇ ਅਤੇ ਫਿਰ ਟਾਈਮ ਤੋਂ ਜ਼ਿਆਦਾ ਕੀਮਤੀ ਕੋਈ ਚੀਜ਼ ਨਹੀਂ ਅਗਲੇ ਮੈਂ ਉਹਨਾਂ ਵਾਸਤੇ ਲਾ ਰਿਹਾ ਉਹ ਵਿਚਾਰੇ ਉੱਧਰ ਬਹਿ ਗਏ ਹੈ ਵੀਡੀਓ ਦੇਖ ਰਹੇ ਨੇ ਯਾਰ ਸਾਨੂੰ ਇਹਦੇ ਤੋਂ ਕੁਛ ਹਾਸਲ ਹੋਵੇ ਅਤੇ ਅਗਰ ਉਹਨਾਂ ਨੂੰ ਤੁਸੀਂ ਕੋਈ ਅੱਛੀ ਚੀਜ਼ ਦੇਣੀ ਨਹੀਂ ਅਤੇ ਫਿਰ ਤੁਹਾਨੂੰ ਇਸ ਤਰ੍ਹਾਂ ਮੇਰੇ ਖਿਆਲ ਨਾਲ ਦੂਸਰੇ ਦਾ ਟਾਈਮ ਵੇਸਟ ਹੀ ਨਹੀਂ ਕਰਾਉਣਾ ਚਾਹੀਦਾ ਤਾਂ ਤੁਹਾਡਾ ਮੰਨਣਾ ਹਾਂਜੀ ਨਹੀਂ ਲੋਕੀ ਦੱਸਦੇ ਹੋਣ ਅਸੀਂ ਕਿ ਥੋੜ੍ਹਾ ਮਾਰਦੇ ਉਹਨਾਂ ਸਿਰ 'ਚ ਇਹ ਤਾਂ ਗੱਲ ਹੈ ਮੇਰੀ ਰਿਕੁਐਸਟ ਹੈ ਸਭ ਦੋਸਤਾਂ ਨਾਲ ਉਸਤਾਦਾਂ ਨਾਲ ਕਿ ਯਾਰ ਕੁਛ ਵੀ ਉੱਲਾ ਨਾ ਰੱਖਿਆ ਕਰੋ ਅੱਲਾ ਪਾਕ ਤੁਹਾਡੇ ਇਲਮ ਵਿੱਚ ਹੋਰ ਇਜ਼ਾਫਾ ਕਰ ਦੇਗਾ ਅੱਲਾ ਪਾਕ ਤੁਹਾਨੂੰ ਤੁਸੀਂ ਵੇਖ ਲਓ ਯੂਟਿਊਬ 'ਤੇ ਅੱਜ ਤੱਕ ਮਸ਼ਹੂਰ ਵੀ ਹੋਏ ਉਸਤਾਦ ਹੋਏ ਜਿਨ੍ਹਾਂ ਨੇ ਇਲਮ ਫੈਲਾਇਆ ਦੇਖੋ ਇਹ ਗੱਲ ਜ਼ਰੂਰੀ ਨਹੀਂ ਹੈਗੀ ਹਰ ਬੰਦੇ ਦੀ ਆਪਣੀ ਪਸੰਦ ਹੈਗੀ ਹੈ ਕੋਈ ਜੋ ਕਈ ਕਈ ਐਸੇ ਬੰਦੇ ਨੇ ਜੋ ਮੈਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹੋਣਗੇ ਕੁਛ ਲੋਕ ਐਸੇ ਹੋਣਗੇ ਜਿਹੜੇ ਮੈਨੂੰ ਬਹੁਤ ਜ਼ਿਆਦਾ ਡਿਸਲਾਈਕ ਕਰਦੇ ਹੋਣਗੇ ਅਤੇ ਇਹ ਜਿਹੜਾ ਨਾ ਇਹ ਫੰਕਸ਼ਨ ਚੱਲਦਾ ਰਹਿੰਦਾ ਇਹਦੇ 'ਚ ਕੋਈ ਜ਼ਰੂਰੀ ਨਹੀਂ ਹੈਗਾ ਕਿ ਕੋਈ ਅੱਛਾ ਹੁਣ
ਕਈ ਐਸੀ ਚੀਜ਼ਾਂ ਨੇ ਜਿਹੜੇ ਲੋਕ ਗਲਤ ਵੀ ਦੱਸ ਰਹੇ ਹੁੰਦੇ ਨੇ, ਉਹਨਾਂ ਨੂੰ ਲੋਕ ਬਹੁਤ ਪਸੰਦ ਕਰ ਰਹੇ ਹੁੰਦੇ ਨੇ। ਸਹੀ ਹੈ, ਇਹ ਕੋਈ ਜ਼ਰੂਰੀ ਨਹੀਂ ਕੀ ਪਤਾ ਲੋਕਾਂ ਦੀ ਨਜ਼ਰ ਮੈਂ ਵੀ ਨਾ ਠੀਕ ਦੱਸਦਾ ਵਾਂ, ਇਹ ਤਾਂ ਜੋ ਯੂਜ਼ ਕਰੇਗਾ ਨਾ ਉਹਨੂੰ ਪਤਾ ਲੱਗੇ, ਉਹਨੂੰ ਪਤਾ ਲੱਗੇਗਾ ਕਿ ਸਹੀ ਹੈ ਕਿ ਗਲਤ ਹੈ। ਚਲੋ ਅਜ਼ਾਨ ਹੋਣ ਲੱਗੀ ਤੋਂ ਬਾਅਦ ਕੰਟੀਨਿਊ ਕਰ। ਟੋਪਿਕ ਜਿਹੜਾ ਸਾਡਾ ਹੈਗਾ ਇਹਨਾਂ ਉਹ ਐਸੀ ਕਿ ਕਬੂਤਰ ਨੂੰ ਫੜਕਾਉਣਾ ਕਿੰਨਾ, ਹਾਂਜੀ, ਔਰ ਕਿਸ ਤਰ੍ਹਾਂ ਫੜਕਾਉਣਾ ਕਿ ਉਹ ਆਪਣੀਆਂ ਕਸਾਂ 'ਚ ਵੀ ਆਈਏ ਔਰ ਪੂਰੀ ਬਣਾਵਟ 'ਚ ਵੀ ਆਈਏ। ਸਭ ਤੋਂ ਪਹਿਲੇ ਤਾਂ ਤੁਸੀਂ ਜਿਹੜੇ ਜ਼ੋਰਾਵਰ ਕਬੂਤਰ ਨੇ ਨਾ ਉਹਨਾਂ ਨੂੰ ਕਦੀ ਵੀ ਖੁੱਲ੍ਹਾ ਨਾ ਛੱਡੋ। ਅੱਛਾ, ਉਹਨਾਂ ਨੂੰ ਨਾ ਟਾਂਗ ਲਓ, ਦੋ ਤਿੰਨ ਦਿਨ ਵਾਸਤੇ ਨਾ ਟਾਂਗ ਲਓ ਤਾਂ ਕਿ ਉਹ ਥੋੜ੍ਹਾ ਜਿਹਾ ਨਾ ਆਪਣੇ ਆਪ ਨੂੰ ਰਵਾਂ ਕਰ ਲੈਣ, ਠੀਕ ਹੈ। ਉਹਦੇ ਬਾਅਦ ਤੁਸੀਂ ਉਹਨਾਂ ਨੂੰ ਹਲਕਾ ਹਲਕਾ ਕਰਕੇ ਖੋਲ੍ਹਦੇ ਜਾਓ, ਉਹਦੇ ਬਾਅਦ ਉਹਨਾਂ ਨੂੰ ਨਾ ਉਹਨਾਂ ਦੇ ਹਾਲ 'ਤੇ ਛੱਡੋ 6-7 ਦਿਨ, ਫਿਰਦੇ ਰਹਿਣ, ਆਪੇ ਹੀ ਠਾਪਾਂ ਟਾਲਾਂ ਮਾਰਦੇ ਰਹਿਣ, ਖੇਡਦੇ ਕੂਟਦੇ ਰਹਿਣ, ਗੇੜੇ ਗੂੜੇ ਮਾਰਦੇ ਰਹਿਣ। ਉਹਦੇ ਬਾਅਦ ਤੁਸੀਂ 7 ਦਿਨਾਂ ਬਾਅਦ ਉਹਨਾਂ ਨੂੰ ਡੰਡਾ ਕਰਾਉਣਾ ਸ਼ੁਰੂ ਕਰੋ, ਅਤੇ ਡੰਡਾ ਵੀ ਜਿਹੜਾ ਨਾ ਤੁਸੀਂ ਉਹਨਾਂ ਨੂੰ ਥੋੜ੍ਹਾ ਧੁੱਪ ਨਿਕਲੇ ਤਾਂ ਕਰਾਓ, ਠੀਕ ਹੈ, ਉਹਨਾਂ ਨੂੰ ਥੱਲੇਲੇ ਟਾਈਮਾਂ ਹੀ ਨਾ ਕਰਾਓ। ਅਤੇ ਮੈਂ ਤਾਂ ਵੈਸੇ ਦੋਸਤਾਂ ਨੂੰ ਹਮੇਸ਼ਾ ਵਾਸਤੇ ਮਸ਼ਵਰਾ ਦਾਂਗਾ ਕਿ ਹਮੇਸ਼ਾ ਅਸੂ ਵਾਸਤੇ ਕਬੂਤਰਾਂ ਨੂੰ ਨਾ ਸਭ ਤੋਂ ਪਹਿਲੇ ਰਾਤ ਨੂੰ ਕੱਢੋ, ਦਿਨ ਨੂੰ ਕੱਢੋ ਹੀ ਨਾ, ਜਿਹੜੇ 7 ਦਿਨ ਨੇ ਉਹਨਾਂ ਨੂੰ ਬਾਹਰ ਬਿਠਾਓ ਬੰਨ ਕੇ, ਪਹਿਲੇ 2-3 ਦਿਨ ਬੰਨ ਕੇ ਬਿਠਾਓ, ਜਾਲ ਤੋਂ ਥੱਲੇ ਹੋਣ, ਜਾਲ 'ਤੇ ਜਾਣ ਬਸ ਇੰਨਾ ਕਿ ਉੱਤੇ ਥੱਲੇ ਹੋ ਸਕਣ, ਦਾਣਾ ਰਾਤ ਦੇ ਟਾਈਮ ਮਾਰੋ, ਬਾਜਰਾ ਚੁਗਣ, ਕਬੂਤਰ ਉੱਤੇ ਥੱਲੇ ਹੁੰਦੇ ਰਹਿਣ, ਉਹਦੇ ਬਾਅਦ ਹੁੱਲਾ ਹੁੱਲਾ ਪੋਲਾ ਪੋਲਾ ਕਰਕੇ ਉਹਨਾਂ ਨੂੰ ਖੋਲ੍ਹੀ ਜਾਓ। ਖੋਲ੍ਹਣ ਦੇ ਬਾਅਦ ਉਹਨਾਂ ਨੂੰ ਤੁਸੀਂ ਗੇੜਿਆਂ 'ਤੇ ਲੈ ਕੇ ਆਓ, ਗੇੜਿਆਂ 'ਤੇ ਜਦੋਂ ਆ ਜਾਣ ਤਾਂ ਤੁਹਾਨੂੰ ਪਤਾ ਲੱਗ ਜਾਏ ਕਿ ਲਾਈਟਾਂ 'ਤੇ ਲੱਗ ਗਏ ਨੇ ਕਬੂਤਰ, ਫਿਰ ਉਹਨਾਂ ਨੂੰ ਤੁਸੀਂ ਰਾਤ ਹੋਣ ਤੋਂ ਘੰਟਾ ਪਹਿਲੇ ਮਾਰੋ ਤਾਂ ਕਿ ਕਬੂਤਰ ਦਿਨ ਤੋਂ ਰਾਤ ਹੋਣੀ ਦੇਖਣ ਕਿਸ ਤਰ੍ਹਾਂ ਦਿਨ ਤੋਂ ਰਾਤ ਹੁੰਦੀ, ਫਿਰ ਉਹਨਾਂ ਨੂੰ ਆਹਿਸਤਾ ਆਹਿਸਤਾ ਥੱਲੇ ਲਿਆਈ ਜਾਓ, ਅਤੇ ਉਹਨਾਂ ਨੂੰ ਰੈਗੂਲਰ ਫੜਕਾਂ ਮਾਰੋ, ਵਿੱਚ ਰੈਸਟ ਨਾ ਦਿਓ। ਜਿਸ ਦਿਨ ਮੌਸਮ ਖਰਾਬ ਹੋਏ ਦੇਖੋ, ਦਿਨ ਦੇ ਟਾਈਮ ਖਰਾਬ ਹੈ ਅਤੇ ਰਾਤ ਦੀ ਫੜਕ ਦੇ ਦਿਓ, ਰਾਤ ਨੂੰ ਖਰਾਬ ਹੈ ਅਤੇ ਸੁਬਾਹ ਦੀ ਫੜਕ ਦੇ ਦਿਓ, ਸੁਬਾਹ ਦੀ ਮੌਸਮ ਖਰਾਬ ਹੈ ਅਤੇ ਦੁਪਹਿਰ ਦੀ ਫੜਕ ਦੇ ਦਿਓ, ਕੁੱਟੋ ਉਹਨਾਂ ਨੂੰ ਰੋਜ਼ਾਨਾ। ਅਤੇ ਜਿਹੜਾ ਤੁਹਾਡਾ ਥੋੜ੍ਹੇ ਟਾਈਮ ਦਾ ਕਬੂਤਰ ਹੈ ਨਾ, ਉਹਨੂੰ ਦਿਨ ਦੇ ਹੀ 2-2, 3-3 ਵਾਰੀ ਕੁੱਟੋ, ਯਾਨੀ ਕਿ ਘੰਟੇ 2 ਘੰਟੇ ਲਈ ਕਬੂਤਰ ਜਿਹੜੇ ਨਾ ਬੈਠਣ, 2-3-4 ਘੰਟੇ ਦਾ ਰੈਸਟ ਦਿਓ, ਫਿਰ ਇੱਕ ਵਾਰੀ ਡੰਡਾ ਕਰਾ ਦਿਓ, ਫਿਰ ਉਹ ਬੈਠਣ 2-4-5 ਘੰਟੇ ਦਾ ਰੈਸਟ ਦਿਓ, ਫਿਰ ਸ਼ਾਮ ਨੂੰ ਉਹਨਾਂ ਨੂੰ ਉਡਾ ਦਿਓ, ਇਸ ਤਰ੍ਹਾਂ ਚੰਗੀ ਤਰ੍ਹਾਂ ਕੁੱਟ ਕੁੱਟ ਕੇ ਲੈ ਕੇ ਆਓ। ਅਤੇ ਕਮ ਅਜ਼ ਕਮ ਮੁਸਤਕਿਲ ਜਿਹੜੀਆਂ ਰੈਗੂਲਰ ਫੜਕਾਂ ਨਾ 15-20 ਫੜਕਾਂ ਹੋਣੀਆਂ ਚਾਹੀਦੀਆਂ, ਪੂਰੀਆਂ ਕੰਪਲੀਟ ਵੀ 20 ਰੈਗੂਲਰ, ਨਾਗੇ ਤੋਂ ਬਗੈਰ, ਨਾਗੇ ਤੋਂ ਬਗੈਰ। ਉਹਦੇ ਬਾਅਦ ਤੁਹਾਡਾ ਅਗਰ ਕੋਈ ਟੂਰਨਾਮੈਂਟ ਹੈ, ਉਸ ਤੋਂ ਪਹਿਲੇ 2-3 ਉਹਨਾਂ ਨੂੰ ਰੈਸਟਾਂ ਦਿਓ, ਉਹਨਾਂ ਨੂੰ ਡੱਕ ਬਾਈ ਡੱਕ 'ਤੇ ਲਿਆਓ, 2-3 ਡੱਕ ਦੇ ਕੇ, ਯਾਨੀ ਕਿ ਸਿੰਗਲ ਹੈਂਡ, ਇਹ ਨਹੀਂ ਕਿ ਇਕੱਠੀਆਂ 3 ਡੱਕਾਂ, ਯਾਨੀ ਕਿ ਅੱਜ ਡੱਕ ਦਿੱਤੀ, ਕੱਲ੍ਹ ਉਡਾਏ ਫਿਰ ਡੱਕ ਦਿੱਤੀ, ਪਰਸੋਂ ਉਡਾਏ ਫਿਰ ਡੱਕ ਦਿੱਤੀ, ਕੱਪ ਦੇ 'ਚ ਉਡਾ ਦਿਓ, ਫਿਰ 2 ਨਾਗਿਆਂ 'ਤੇ ਨਹੀਂ ਪਾਉਣਾ, ਨਹੀਂ ਨਹੀਂ 1 ਡੱਕ ਦੇ ਉੱਤੇ। ਅਤੇ ਜਿਹੜਾ ਤੁਹਾਡਾ ਕਬੂਤਰ ਹੈਗਾ ਡੱਕ ਦੇ ਉੱਤੇ ਤੁਸੀਂ ਉਡਾ ਰਹੇ ਹੋ ਅਤੇ ਅੱਛਾ ਕਬੂਤਰ ਹੈ, ਤੁਹਾਡਾ ਇਤਵਾਰ ਨੂੰ ਕੱਪ ਉੱਡਣਾ ਅਤੇ ਜੁੰਮੇ ਨੂੰ ਉਹਨੂੰ ਟਾਂਗ ਕੇ ਉਡਾਓ, ਬੰਨ ਕੇ ਉਡਾਓ ਉਹਨੂੰ, ਤਾਂ ਕਿ ਉਹ ਜਿਹੜਾ ਨਾ 2-2.5 ਘੰਟੇ ਲਾ ਕੇ ਜਿਹੜਾ ਨਾ ਉਹ ਫਰੈਸ਼ ਬੈਠੇ, ਅਗਲੇ ਦਿਨ ਜ਼ੋਰ ਲਾਏ। ਆਈਡੀਅਲ ਟਾਈਮਿੰਗ ਵਾਲਾ ਕਬੂਤਰ ਕਿਹੜਾ ਅਸੂ ਜੀ? ਅਗਰ ਤੁਹਾਡਾ ਦਾਣਾ ਪਾਣੀ ਅੱਛਾ ਨਾ, ਤਾਂ 12-1 ਵਜੇ ਵਾਲਾ ਕਬੂਤਰ ਆਈਡੀਅਲ ਕਬੂਤਰ ਹੈ ਅੱਜ ਕੱਲ੍ਹ, ਅਤੇ ਉਹ ਕਬੂਤਰ ਆਈਡੀਅਲ ਹੈ ਜਿਹੜਾ ਜ਼ਿਆਦਾ ਖੁੱਭ ਕੇ ਨਹੀਂ ਉੱਡਦਾ, ਜਿਹੜਾ ਸਾਰਾ ਟਾਈਮ ਬੰਦ ਹੋ ਕੇ ਨਹੀਂ ਉੱਡਦਾ ਨਾ, ਉਹ ਕਬੂਤਰ ਜਿਹੜਾ ਖਾਲੀ ਖੁਲੀ ਦਿੰਦਾ ਰਹਿੰਦਾ, ਜਿਹੜਾ ਦਿਖਾਈ ਦਿੰਦਾ ਰਹਿੰਦਾ, ਸਾਹਮਣੇ ਆਉਂਦਾ ਰਹਿੰਦਾ, ਆ ਕੇ ਚਮਕਾਰ ਹੀ ਚੁੱਡ ਰਿਹਾ ਜਾਂ ਚਮਕਾਰ ਤੋਂ ਥੱਲੇ ਆ ਗਿਆ, ਥੱਲੇ ਆ ਕੇ ਜਿਹੜਾ ਫਿਰਦਾ, ਉਹ ਆਈਡੀਅਲ ਕਬੂਤਰ ਹੈ, ਉਹ ਕਬੂਤਰ ਜਿਹੜਾ ਨਾ ਅਸੂ ਦੇ ਤੁਹਾਨੂੰ ਹਮੇਸ਼ਾ ਕਾਮਯਾਬ ਕਰੇਗਾ, ਕਿਉਂਕਿ ਅਸੂ ਦੇ 'ਚ
ਦੋ ਵਜੇ ਤੋਂ ਬਾਅਦ ਨਾ ਮੌਸਮ ਠੰਡਾ ਹੋਣਾ ਸ਼ੁਰੂ ਹੋ ਜਾਂਦਾ, ਠੰਡੀ ਲਾਸ਼ ਚੱਲ ਜਾਂਦੀ, ਫਿਰ ਜਦੋਂ ਦੋ ਜਦੋਂ ਕਬੂਤਰ ਉੱਤੇ ਜਾਂਦਾ ਨਾ ਦੋ ਤੋਂ, ਫਿਰ ਉਹ ਐਂ ਜਾ ਆ ਕੇ ਸਾਹਮਣੇ ਫਿਰੀ ਜਾਂਦਾ ਇੰਜੋਏ ਕਰਦਾ। ਸਹੀ ਗੱਲ ਹੈ, ਆਈਡੀਅਲ ਹੈ। ਜਿਹੜਾ ਇਸ ਟਾਈਮ ਆ ਕੇ ਨੰਗਾ ਹੁੰਦਾ ਨਾ 1:30 ਵਜੇ, ਉਹ ਕਬੂਤਰ ਨਾ ਯਾਦ ਰੱਖਣਾ ਹਿੱਟ ਨਹੀਂ ਦੁਬਾਰਾ ਮਾਰਦਾ, ਫਿਰ ਉਹ ਨੰਗਾ ਹੋ ਕੇ ਫਿਰ ਕੇ ਬਹਿ ਜਾਂਦਾ। ਸਹੀ ਗੱਲ ਹੈ। ਫਲਾਈਟ ਸਟਾਈਲ ਵੀ ਅਸੀਂ ਤੁਹਾਨੂੰ ਦੱਸਦਾ ਕਿਹੜਾ ਕਾਮਯਾਬ ਹੈ, ਫੜਕਾਉਣਾ ਵੀ ਦੱਸਦਾ, ਔਰ ਕਬੂਤਰ ਨੂੰ ਬਾਜ਼ੀ 'ਚ ਕਿਸ ਤਰ੍ਹਾਂ ਪਾਉਣਾ ਵੀ ਦੱਸਦਾ। ਹਾਂਜੀ, ਅੱਸੂ ਦੇ ਵਿੱਚ ਉਹ ਕਬੂਤਰ ਬਿਹਤਰੀਨ ਹੈ ਜਿਹੜਾ ਨੰਗਾ ਹੋ ਕੇ ਉੱਠਦਾ। ਜਿਹੜਾ ਕਬੂਤਰ ਬੰਦ ਹੋ ਕੇ ਗਹਿਰਾਈ ਦੇ ਉੱਡਦਾ ਨਾ, ਉਹਦੇ ਰਾਤ ਰਹਿਣ ਦੇ ਚਾਂਸ ਬਹੁਤ ਜ਼ਿਆਦਾ ਹੋ ਜਾਂਦੇ ਨੇ। ਬੇਸ਼ੱਕ ਰਾਤ ਦਾ ਲੱਗਾ ਵੀ ਹੋਏ, ਟਾਈਮ ਆਊਟ ਹੋ ਜਾਏਗਾ ਤਾਂ ਸਮਝੋ ਬੇਕਾਰ ਹੋ ਗਿਆ ਤੁਹਾਡੇ ਵਾਸਤੇ। ਠੀਕ ਹੈ ਯਾਰ, ਲਓ ਦੋਸਤੋ, ਸ਼ੋਕ ਕਰਾਈਏ ਤੁਹਾਨੂੰ। ਦੋਸਤੋ, ਸਟੈਂਡਿੰਗ ਓਵੇਸ਼ਨ ਹੈਗੀਆਂ ਨੇ ਤਸਵੀਰ ਵਾਲੇ ਕਬੂਤਰਾਂ ਦੀ, ਛੱਟਿਆਂ ਵਾਲੇ ਕਬੂਤਰਾਂ ਦੀ, ਗੋਲਡਨ ਕਬੂਤਰਾਂ ਦੀ। ਬਹੁਤ ਹੀ ਆਲਾ। ਸੋ ਇਹ ਉਸ ਉਸਮਾਨ ਭੱਟ ਸਾਹਿਬ ਦੇ ਗੋਲਡਨ ਕਬੂਤਰ, ਇਹਨਾਂ ਨੂੰ ਤੁਸੀਂ ਛੱਟਿਆਂ ਵਾਲੇ ਵੀ ਕਹਿ ਸਕਦੇ ਹੋ, ਅਤੇ ਹੋਰ ਵੀ ਇਹਨਾਂ ਦੇ ਕਾਫੀ ਨਾਮ ਹੈ, ਡਾਕੂ ਔਰ ਥਾਣੇਦਾਰ, ਇਸ ਤਰ੍ਹਾਂ ਦੇ ਕਾਫੀ ਨਾਮ ਹੈਗੇ ਨੇ। ਲੇਕਿਨ ਇੱਕੋ ਹੀ ਬਰੀਡ ਹੈਗੀ ਜਿਹਨਾਂ 'ਚ ਕਲਰ ਦੀ ਵੇਰੀਏਸ਼ਨ ਆਉਂਦੀ ਅਤੇ ਨਾਂ ਬਦਲ ਜਾਂਦੇ ਨੇ, ਸਾਧਨਾ ਵੀ ਕਈ ਲੋਕ ਇਹਨਾਂ ਨੂੰ ਕਹਿ ਰਹੇ ਹੁੰਦੇ ਨੇ, ਔਰ ਬੜੀ ਅੱਛੀ ਸਟੀਲ ਬਾਡੀ ਦਾ ਕਬੂਤਰ ਹੈਗਾ। ਪਰ ਸਾਹਿਬ ਵੱਡਾ ਕਬੂਤਰ ਹੈ ਕਿ ਪੱਠਾ ਹੈਗਾ? ਲੋ ਇਹ ਪ੍ਰੋਪਰ ਕਬੂਤਰ ਹੈਗਾ, ਵੱਡਾ 2 ਸਾਲਾਂ। ਚੈੱਕ ਕਰੋ, ਮਾਸ਼ਾਅੱਲਾ, ਬੜਾ ਅੱਛਾ ਫਾਈਨ ਕੁਆਲਿਟੀ ਦੇ ਵਿੱਚ ਹੈਗਾ। ਚੈੱਕ ਕਰੋ, ਪਰ ਵੇਖੋ ਕੈਸਾ ਨਜ਼ਾਰਾ ਪਾ ਰਿਹਾ ਹੈਗਾ, ਬਹੁਤ ਹੀ ਆਲਾ। ਬਗਲਾਂ ਇਹਨੇ ਸੁੱਟੀਆਂ ਹੋਈਆਂ ਬਗੈਰ ਬਾਹਰਲੇ ਪਾਰ, ਤੁਸੀਂ ਚੈੱਕ ਕਰੋ। 9-10 ਬਿਲਕੁਲ ਬਰਾਬਰ ਹੈਗੇ ਨੇ। ਬਹੁਤ ਹੀ ਆਲਾ, ਐਸੇ ਦੀ ਮਰਦੀ ਲਈ ਇਹਦੇ ਨਾਲ ਲੱਗੀ ਹੋਈ। ਵਾਹ, ਬੜਾ ਐਕੂਰੇਸੀ ਨਾਲ ਜੋੜਾ ਲੱਗਾ ਹੈ। ਇਹ ਪੱਠੀ ਲੱਗ ਰਹੀ ਹੈ ਨਾ? ਹਾਂਜੀ, ਇਹ 10 ਸਾਫ ਹੋਈ ਗਈ। ਵਾਹ, ਕੈਸੀ ਸ਼ਾਨਦਾਰ ਹੈ, ਅੱਖ ਦੇ ਵਿੱਚ ਡੋਰੇ ਚੈੱਕ ਕਰੋ, ਬਹੁਤ ਹੀ ਆਲਾ, ਮਾਸ਼ਾਅੱਲਾ। ਵੇਖੋ ਦਸਵਾਂ ਮਿਲਦੀ ਵੀ ਕੈਸਾ ਅਜਬ ਪਾ ਰਿਹਾ ਗੋਲ, ਇੰਝ ਜੁੱਤੇ ਨੂੰ ਜਾ ਰਿਹਾ ਪੂਰਾ ਸੇਠ ਬਰਾ ਦੇ ਕਬੂਤਰੀ। ਛੋਟੀ ਜਿਹੀ ਟੇਲ ਹੈ, ਛੋਟੀ ਜਿਹੀ ਮਾਦੀ। ਜਿਹੜਾ ਪਹਿਲੇ ਪੱਠਾ ਵਹਾਇਆ ਨਾ, ਇਹਦਾ ਬਾਪ ਇਹਨਾਂ ਹੁੰਦਾ ਯਾਰ, ਸਾਡਾ ਨਾ ਮਾਈਕ ਗਵਾਚ ਗਿਆ,
ਤੇ ਜ਼ਰਾ ਤੁਹਾਨੂੰ ਥੋੜ੍ਹਾ ਜਿਹਾ ਕੰਪਰੋਮਾਈਜ਼ ਕਰਨਾ ਹੀ ਪੈਣਾ। ਮਾਈ ਤਾਂ ਬੜਾ ਵੱਧ ਹੈਗਾ। ਉਧਰ ਜਾ ਕੇ ਨਾ ਬੋਲੋ, ਮਾਈਕ ਨੀ ਜੇ ਲੱਗਾ। 76 ਨੰਬਰ ਕਬੂਤਰ ਹੈਗੇ ਨੇ ਬੜੇ, ਮਾਸ਼ਾਅੱਲਾ ਇਹਨਾਂ ਨੇ। ਲੋ ਜੀ, ਇਹਨਾਂ ਦਾ ਬਹੁਤ ਨਾਮ ਇਹਨਾਂ ਨੇ ਕਮਾਇਆ। 76 ਨੰਬਰ ਸੀ ਨਾ, ਜਿਨ੍ਹਾਂ ਨੂੰ ਉਸਤਾਦ ਦਿੱਤਰ ਸਾਹਿਬ ਨੇ ਲੋਹੇ ਦੀ ਬਾਡੀ ਵਾਲੇ ਕਬੂਤਰਾਂ ਦਾ ਖਿਤਾਬ ਦਿੱਤਾ ਸੀ। ਸ਼ੇਖ ਖੱਤਰ ਸਾਹਿਬ ਨੇ ਇਹਨਾਂ ਕਬੂਤਰਾਂ ਨੂੰ ਲੋਹੇ ਦੀ ਬਾਡੀ ਵਾਲਾ ਖਿਤਾਬ ਦਿੱਤਾ ਆ। ਉਸ ਦਿਨ ਤਨਵੀਰ ਭਾਈ ਦੀ ਛੱਤ 'ਤੇ ਬੈਠੇ ਮੈਂ ਕਨਫਰਮ ਵੀ ਕੀਤਾ, ਯਾਦ ਹੀ ਨਾ। ਬੈਗ ਭਰੀਆਂ ਚੈੱਕ ਵਟਸਐਪ ਸਾਰਿਆਂ ਤੋਂ ਹੀ ਐਕਸਟਰਾਆਰਡੀਨਰੀ ਅਜੇ ਆਏ ਬੜੇ ਆਣੇ ਨੇ ਜੀ, ਮੈਨੂੰ ਨਾਮ ਪਹਿਲਾਂ ਹੀ ਨਾ ਕਿਹਾ ਦਿਆ। ਵਾਹ, ਇਹਦੇ ਨਾਲ ਲੱਗੀ। ਅੱਛਾ, ਉਹ ਬੜੀ ਡਿਫਰੈਂਟ ਅੱਖ ਬਣਾ ਗਿਆ ਇਹਨਾਂ ਨਾਲ। ਜੋ ਮਰਜ਼ੀ ਬੋਲੇ, ਆਵਾਜ਼ ਨਹੀਂ ਤੁਹਾਡੀ ਆਉਣੀ। ਚੈੱਕ ਕਰੋ ਚਿਹਰਾ ਮੋਰਾ, ਹੈਡ ਵੀ ਬੜਾ ਅੱਛਾ, ਹਾਰਡ ਹੈਡ ਹੈਗਾ। ਇਹਨਾਂ ਦੇ ਵਿੱਚ 9-10 ਤਕਰੀਬਨ ਬਰਾਬਰ ਆ ਰਿਹਾ ਜ਼ਿਆਦਾ ਸਾਰਿਆਂ ਦਾ। ਲੇਕਿਨ ਕੈਸਾ ਅੱਛਾ ਦਰਾਜ਼ ਗੁੰਦੇ ਦੀ ਦੂਤਰੀ ਹੋਈ, ਨਲੀਆਂ ਚੈੱਕ ਕਰੋ, ਬੈਗ ਭਰੀਆਂ ਵੇਖੋ, ਬੜੀ ਪਰੇਲ ਮਾਦੀ ਹੈਗੀ। ਦੋਸਤੋ ਚੈੱਕ ਕਰੋ, ਪੱਥਰ ਦੀ ਬਾਡੀ ਵਾਲਾ ਕਬੂਤਰ ਹੈਗਾ, ਇੰਝ ਜਿਵੇਂ ਆਚੇ ਲੋਹਾ ਹੀ ਫੜ ਲਿੱਤਾ। ਲੋਹਾ ਜਿਵੇਂ ਮੁਲਾਇਮ ਵੀ ਹੁੰਦਾ ਨਾ, ਉਸ ਤਰ੍ਹਾਂ ਮੁਲਾਇਮ ਵੀ ਹੈਗਾ। ਬੜੀ ਐਕਸਟਰਾਆਰਡਨਰੀ ਅੱਖ ਹੈਗੀ ਹੁੰਦੀ, ਸ਼ਾਈਨਿੰਗ ਵਾਲੀ, ਮਾਸ਼ਾਅੱਲਾ, ਬਹੁਤ ਹੀ ਆਲਾ। ਰੀਸ 'ਚ ਪਿਆ ਹੋਇਆ ਸਹੀ। ਟੇਲ ਵੇਖੋ ਕੈਸੀ ਬੰਦ ਟੇਲ, ਮਾਸ਼ਾਅੱਲਾ। ਰੰਜਾ ਆਇਆ ਐਸੇ ਦੀ ਮਰਜ਼ੀ, ਇਹ ਮਰਜ਼ੀ ਹੈ ਬੜੋ। ਕਈ ਕਬੂਤਰਾਂ ਨੇ ਬੜੀ ਅੱਛੀ ਸਾਫ਼ ਕੀਤੀ ਅਤੇ ਕਈ ਰਹਿ ਗਏ ਨੇ, ਸ਼ਾਵਰ ਨਹੀਂ ਕਰ ਰਹੇ ਇਹਨਾਂ ਨੂੰ। ਅਤੇ ਤੁਸੀਂ ਉਹ ਤਾਂਬੀਆ ਰੱਖ ਦਿਆ ਕਰੋ ਵਿੱਚ, ਦੋ ਇੱਟਾਂ ਉਹ। ਵਾਹ ਵਾਹ ਵਾਹ, ਕੈਸੇ ਬਲਾਕ ਹੈਗੀ, ਨਮ ਬੜੀ ਜ਼ਿਆਦਾ ਹੈਗੀ।
ਮਾਸ਼ਾ ਬਾਟ ਸਾਹਿਬ ਇਹਨਾਂ ਨੂੰ ਛੱਡਣਾ ਨਾ, ਇਹਨਾਂ ਨੂੰ ਇੱਥੇ ਅੰਦਰ ਛੱਡਣਾ, ਜ਼ਰਾ ਵੀਡੀਓ ਖਲੋ ਕੇ ਵੀ ਇਹਨਾਂ ਦੀ ਬਣਾਈ ਹੈ ਖੜਤ ਦੀ। ਮਾਸ਼ਾ ਨਹੀਂ, ਇਹ ਮੇਰੀ ਬੜੀ ਹੋਟ ਫੇਵਰੇਟ ਫੀਮੇਲ ਆਈ ਹੈ, ਬਹੁਤ ਹੋਟ ਫੇਵਰੇਟ ਫੀਮੇਲ ਹੈ। ਜੋ ਇਹਦੇ ਉੱਤੇ ਗਫ ਹੈਗਾ, ਜੋ ਇਹਦੀ ਬਾਡੀ ਮੁਲਾਇਮ ਹੈ, ਉਹ ਬੜੀ ਐਕੂਰੇਸੀ ਦੇ ਵਿੱਚ ਮਾਦੀ ਹੈਗੀ ਹੈਗੀ ਵੀ ਛੋਟੀ ਸਮਾਲ ਸਾਈਜ਼ ਦੋ ਯਾਰ, ਤਿੱਖੀ ਬੜੀ ਹੈ। ਕਲਰ ਵੇਖੋ ਪ੍ਰੋਪਰ ਗੋਲਡਨ ਕਲਰ ਹੈਗਾ। ਵਾਹ ਮਾਸ਼ਾ, ਜ਼ਰੇ ਚੈੱਕ ਕਰੋ ਅੱਖ ਦੇ ਵਿੱਚ, ਉਹਦੀ ਅੱਖ ਦੀ ਜਿਹੜੀ ਜ਼ਮੀਨ ਹੈ ਉਹਦੇ ਵਿੱਚ ਕੈਸੇ ਕਮਾਲ ਜ਼ਰੇ ਹੈਗੇ। ਬਗਲ ਦਾ ਸਾਈਜ਼ ਚੈੱਕ ਕਰੋ, ਬਗਲ ਕੈਸੀ ਵੱਡੀ ਬਗਲ ਹੈਗੀ। ਮਾਸ਼ਾਅੱਲਾ, ਦਸਵਾਂ ਕੱਢਦੀ ਵੀ। ਨਲੀਆਂ ਵੇਖੋ, ਅਸੀਂ ਮਾਰਖੋਰ ਨਲੀਆਂ ਦਾ ਹੀ ਨਾਂ ਹੈਗਾ ਜਿਹੜੀ ਮਾਦੀ ਵਹਾਈ ਨਹੀਂ, ਇਹ ਤੁਹਾਨੂੰ ਪੇਰ ਦੀ ਵਹਾ ਰਹੇ। ਵਾਹ ਮਾਸ਼ਾ, ਬਹੁਤ ਬੜਾ ਸਾਹਿਬ। ਇਹਨਾਂ ਚੋਂ ਕਦੀ ਕੋਈ ਤੀਸਰਾ ਕਲਰ ਨਿਕਲੇ ਅੱਛਾ, ਇਹ ਵੀ ਅੱਖ ਨਾ ਪੁਰਾਣੇ ਕਬੂਤਰਾਂ ਲਈ ਅੱਖ ਇਹਦੀ ਵੀ। ਮਾਸ਼ਾ, ਇਹਦਾ ਵੀ ਨੌਵਾਂ ਦਸਵਾਂ ਬਰਾਬਰ ਹੈਗਾ, ਵੇਖ ਰਹੇ ਸਰ। ਇਹਨਾਂ ਜਿਸਮ 'ਚ ਕੋਈ ਸ਼ੱਕ ਹੀ ਨਹੀਂ ਹੈਗਾ, ਸ਼ੇਖ ਅਤਰ ਸਾਹਿਬ ਨੇ ਕਿਹਾ ਨਹੀਂ ਸਟੀਲ ਬਾਡੀ, ਲੋਹੇ ਦੀ ਬਾਡੀ ਦੇ ਕਬੂਤਰ ਦਾ ਅਸੀਂ ਅਸਲੀ ਦੇ ਜਿਸਮ। ਵਟਸਐਪ ਕਰਦਾ ਹੀ ਹੈ। ਵਾਹ ਵਾਹ ਵਾਹ, ਲੋਹੇ ਦੋਸਤੋ ਦੇਖੋ ਜ਼ਰਾ, ਪੂਰਾ ਭਾਈ ਕਬੂਤਰ ਹੈਗਾ। ਬਹੁਤ ਨਸਲੀ ਕਬੂਤਰ ਹੈਗਾ, ਸਾਈਜ਼ ਦਾ ਵੀ ਪੂਰਾ ਭਾਈ ਹੈਗਾ। ਬਹੁਤ ਹੀ ਆਲਾ, ਬਹੁਤ ਹੀ ਆਲਾ, ਬਹੁਤ ਅੱਛਾ ਨੂਰ, ਬਹੁਤ ਅੱਛਾ ਅੱਖ, ਫਾਈਨ ਕੁਆਲਿਟੀ ਜਿਸਮ, ਹੱਡੀ ਜੋੜ ਚ ਵਾਇਆ ਬੜਾ ਘੱਟ ਹੈਗਾ ਔਰ ਜੋੜ ਬਿਲਕੁਲ ਬੰਦ ਹੈਗਾ, ਹਲਕਾ ਜਾਂ ਸੂਤਰ ਬਰਾਬਰ ਵਾਇਆ ਹੈਗਾ,
ਕੁੰਦਾ ਦਿੰਦਾ, ਇਹ ਜਿਹੜਾ ਸ਼ੋਲਡਰ ਹੈ ਨਾ ਪੇਪਰ ਸ਼ੋਲਡਰ, ਔਰ ਪਰ ਤੁਸੀਂ ਵੇਖ ਹੀ ਸਕਦੇ ਹੋ ਬਹੁਤ ਅੱਲਾ ਯਾਰ, ਬੜਾ ਮਜ਼ਾ ਆਇਆ ਸਮੁੰਦਰ ਨੂੰ ਇਹਦੀ ਮਰਦੀ। ਲਓ ਜੀ ਇਸੇ ਕਬੂਤਰ ਦੀ ਮਰਦੀ ਹੈ, ਕਾਬੂ ਹੀ ਨਹੀਂ ਆ ਰਹੀ, ਬੜੀ ਤੇਜ਼ ਹੈਗੀ। ਕਲਰ ਦਾ ਫਰਕ ਆ ਜਾਂਦਾ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਭਾਰਨ ਦੇ ਵਾਂਗ ਆਪਸ ਚ ਮੈਗਨੇਟ ਬਹੁਤ ਅੱਛਾ, ਪਰਾਂ ਦਾ ਚਿਪਕੇ ਹੋਏ ਨੇ ਆਪਸ ਚ, ਸ਼ੋਲਡਰ ਬੜਾ ਅੱਛਾ ਹੈਗਾ, ਨਲੀਆਂ ਵੇਖੋ ਮਾਨਦੀ ਨਾ ਹਲਕੀ ਨਿਲਾਹਟ ਦੀ ਅੱਖ ਦੇ ਵਿੱਚ ਹੈਗੇ ਨੇ, ਜ਼ਮੀਨ ਜਿਹੜੀ ਹੈ ਨਾ ਇਹਨਾਂ ਦੀ ਨਿਲਾਹਟ ਦੇ ਵਿੱਚ ਹੁੰਦੀ ਜ਼ਿਆਦਾ, ਬਸ ਇਹ ਹੀ ਮੇਨ ਜ਼ਿਆਦਾ ਫਰਕ ਹੁੰਦਾ, ਬਗਾਇਆ ਕੋਈ ਐਡਾ ਫਰਕ ਨਹੀਂ ਹੈਗਾ। ਮਾਸ਼ਾ ਸੀਨਾ ਵੇਖੋ ਬੇਟਾ, ਜੋੜ ਵੀ ਬੰਦ ਹੈਗਾ, ਇਹ ਵੀ ਮਾਮਦੀ ਨੇ ਪੱਠੀ ਲੱਗ ਰਹੀ ਹੈ ਨਾ, ਇੱਕ ਹੋਰ ਸਲੇਟਨ ਮਾਦੀ ਮੇਰੀ ਬੜੀ ਹੋਟ ਫੇਵਰੇਟ। ਬਟ ਸਾਹਿਬ ਇਹਨੇ ਨਾ ਅੰਡਾ ਲਾਉਣਾ, ਇਹਨੂੰ ਇੱਥੇ ਨਾ ਛੱਡਣਾ, ਵਹਾਅ ਵੀ ਬੜੇ ਪੋਲੇ ਹੱਥ ਨਾ ਰਿਹਾ, ਤੁਸੀਂ ਛੱਡ ਦਿਓ, ਇਹਨਾਂ ਗੁੱਸਾ ਵੀ ਕਰ ਰਹੇ, ਇਹਨੂੰ ਛੱਡ ਦਿਓ। ਹੈਲੋ ਸਲੇਟਰ ਨੂੰ ਵਹਾਓ, ਲੋਈ ਇਹ ਤਸਵੀਰਾਂ ਲੈਣ ਸਲੇਟਰ ਨਿਕਲਦੀ ਹੈਗੀ, ਕਿਆ ਜਮਾਤੀ ਹੈਗੀ, ਕਿਆ ਹਾਲਾਂ ਨੇ, ਇਹਨੂੰ ਸੱਤ ਰੱਟੀ ਜਿਸਮ ਬਣਾ ਦਿੱਤਾ ਜਾਂਦਾ, ਗੁੱਸਾ ਗਾ ਰਹੀ, ਲੇਕਿਨ ਮਾਦੀ ਬੜੀ ਨਹੀਂ ਆਵੇ। ਯਾਰ ਬਹੁਤ ਹੀ ਹੱਲਾ ਪਾ ਰਿਹਾ, ਇੰਜ ਸਟੇਟ ਪਰਾਂ ਦੀ ਮਾਦੀ ਦਰਾਜ ਹੁੰਦਾ ਹੈਗਾ, ਨਰ ਵੀ ਦੇਖਣਾ ਤੁਸੀਂ ਕੰਮ ਮਜ਼ਾ।
ਮੈਂ ਤੇ ਵੇਖਿਆ ਹੁਣ ਵਿਊਵਰਸ ਨੂੰ ਵਿਖਾ ਰਿਹਾ ਪਹਿਲੇ ਜਿਹੜਾ ਵਿਖਾਇਆ ਹੋਇਆ ਤਾਂ ਬੇਟਾ ਹੈਗਾ ਸੀ ਦੂਸਰੀ ਮਾਂ ਦੀ ਜਿਹੜਾ ਪਹਿਲੇ ਵਿਖਾਇਆ ਜਿਹੜਾ ਇਮਾਮਦੀਨ ਪਹਿਲਾਂ ਵਿਖਾਇਆ ਇਹ ਪਿਓ ਹੀ ਹੁੰਦਾ ਜਿਹੜਾ ਪਹਿਲੇ ਇਮਾਮਦੀਨ ਵਿਖਾਇਆ ਨਾ ਉਹ ਇਸ ਮਾਦੀ ਨਾਲ ਨਹੀਂ ਦੂਸਰੀ ਮਾਦੀ ਨਾਲ ਇਹਦਾ ਬੇਟਾ ਹੈਗਾ ਇਹ ਵੱਡਾ ਹੈਗਾ ਦਾ ਬਾਪ ਹੈਗਾ ਅੱਛਾ ਉਹ ਇਹਦੇ ਨਾਲ ਡਾਰਕ ਨਿਕਲਿਆ ਮਾਸ਼ਾਅੱਲਾ ਇਮਾਮ ਦੇ ਨਾਲ ਦੀ ਅੱਖ ਦੇ ਵਿੱਚ ਤੇ ਦੁਨੀਆ ਹੈਗੀ ਬੜੀ ਸਟਰੋਂਗ ਵਾਕਈ ਬਲੱਡ ਲਾਈਨ ਹੈਗੀ ਇਸ ਕਲਰ ਨੂੰ ਕੀ ਕਹਿੰਦੇ ਨੇ ਸੁਨਹਿਰੀ ਪੱਲੇ ਓਏ ਖਲੋ ਯਾਰ ਇਹ ਉਸ ਤਸਵੀਰ ਵਾਲੀ ਮਾਦੀ ਨਾਲ ਲੱਗਾ ਆ ਇੱਧਰ ਵੀ ਸਾਰੇ ਸੁਨਹਿਰੀ ਬਟ ਸਭ ਬਹੁਤ ਨਜ਼ਾਬ ਕਬੂਤਰ ਹੈਗਾ ਅੱਲਾ ਜ਼ਿੰਦਗੀ ਰੱਖੇ ਤੁਹਾਨੂੰ ਇਹਨਾਂ ਦੇ ਔਰ ਬਰੀਡ ਮੇਕਰ ਕਬੂਤਰ ਹੈਗਾ ਮਾਸ਼ਾਅੱਲਾ